ਅ ਸਤਿ ਸ਼੍ਰੀ ਅਕਾਲ ਤੁਹਾਡੇ ਸਾਰਿਆਂ ਦਾ ਬਹੁਤ ਜ਼ਿਆਦਾ ਨਿੱਗਾ ਸਵਾਗਤ ਅੱਜ ਬਹੁਤ ਧੀਰ ਬਾਅਦ ਤੁਹਾਡੇ ਨਾਲ ਲਾਈਵ ਹੋਏ ਆ ਲਾਈਵ ਹੋਏ ਆ ਕੁਝ ਅਪਡੇਟਸ ਨੂੰ ਲੈ ਕੇ ਲਾਈਵ ਹੋਏ ਆ ਇੱਕ ਸਟੂਡੈਂਟ ਦੀ ਇਨਕੁਆਇਰੀ ਨੂੰ ਲੈ ਕੇ ਲਾਈਵ ਹੋਏ ਆ ਇੱਕ ਉਹ ਸਟੂਡੈਂਟ ਵਾਸਤੇ ਜਿਹੜਾ ਕਿ ਕੈਨੇਡਾ ਜਾਣਾ ਚਾਹੁੰਦਾ ਹੈ ਅੱਜ ਇੱਕ ਸਟੂਡੈਂਟ ਦੇ ਕੈਨੇਡਾ ਦੇ ਵਿੱਚ ਬਹੁਤ ਸਵਾਲ ਨੇ ਉਹਦੀ ਰਿਫਿਊਜ਼ਲ ਨੂੰ ਲੈ ਕੇ ਉਹਦੇ ਇਨਟੇਕਸ ਨੂੰ ਲੈ ਕੇ ਉਹਦੇ ਪਾਸਪੋਰਟ ਨੂੰ ਲੈ ਕੇ ਉਹਦੀ ਫਾਈਲ ਦੇ ਰਿਗਾਰਡਿੰਗ ਕੁਝ ਅਪਡੇਟਸ ਨੂੰ ਲੈ ਕੇ ਅੱਜ ਅਸੀਂ ਉਹ ਸਾਰੇ ਸਵਾਲਾਂ ਦਾ ਜਵਾਬ ਇੱਕ ਸਟੂਡੈਂਟ ਨੂੰ ਦਵਾਂਗੇ ਜਿੰਨੇ ਕੈਨੇਡਾ ਜਾਣਾ ਹੈ ਬਹੁਤ ਦੇਰ ਤੱਕ ਆਨਲਾਈਨ ਹੋ ਕੇ ਇਨਕੁਆਇਰੀ ਕਰਕੇ ਬੱਚਿਆਂ ਨੂੰ ਮਿਲ ਕੇ ਬੱਚਿਆਂ ਨੂੰ ਦੱਸ ਕੇ ਐਮਬੈਸੀ ਦੇ ਅਕੋਰਡਿੰਗਲੀ ਜੋ ਅਪਡੇਸ਼ਨਸ ਆਈਆਂ ਤੇ ਅੱਜ ਅਸੀਂ ਵਿਨੇਜ ਜੀ ਨੂੰ ਖੁਦ ਡਾਇਰੈਕਟਲੀ ਲਾਈਵ ਹੋ ਕੇ ਮਿਲਾਂਗੇ ਔਰ ਤੁਹਾਡੇ ਜਿਹੜੇ ਵੀ ਸਵਾਲ ਹੋਣਗੇ ਜਵਾਬ ਹੋਣਗੇ ਤੁਸੀਂ ਉਹਨਾਂ ਨੂੰ ਲਾਈਵ ਦੇ ਵਿੱਚ ਪੁੱਛ ਸਕਦੇ ਹੋ ਅੱਜ ਸਭ ਤੋਂ ਪਹਿਲਾਂ ਉਹ ਸਟੂਡੈਂਟ ਦੀ ਅਸੀਂ ਆਪਣੇ ਕੈਪਸ਼ਨ ਚ ਡਾਲਿਆ ਹੈ टुडे अपडेट्स ਜਿਹੜੀ ਰਿਫਿਊਜ਼ਲ ਦੇ ਰਿਗਾਰਡਿੰਗ ਆ ਰਹੀ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ ਜ਼ਿਆਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਵੈਲਕਮ ਹੈ ਜੀ ਸਭ ਤੋਂ ਪਹਿਲਾਂ ਤਾਂ ਉਹ ਪੁਆਇੰਟ ਡਿਸਕਸ ਕਰੂੰਗਾ ਜਿਨ੍ਹਾਂ ਪੁਆਇੰਟਾਂ ਦੇ ਉੱਤੇ ਅੱਜ ਦੀ ਡਿਸਕਸ਼ਨ ਪੈਂਡਿੰਗ ਹੈ ਅੱਜ ਬੱਚਾ ਇਹ ਜਾਣਨਾ ਚਾਹੁੰਦਾ ਹੈ ਵੀ ਅੱਜ ਦਾ ਰਿਫਿਊਜ਼ਲ ਦਾ ਰੀਜ਼ਨ ਕੀ ਹੈ ਅੱਜ ਸਭ ਤੋਂ ਪਹਿਲਾਂ ਜਿਹੜਿਆ ਰਿਫਿਊਜ਼ਲ ਦਾ ਰੀਜ਼ਨ ਆ ਰਿਹਾ ਉਹ ਡੈਫਰ ਕਰਕੇ ਵੀਜ਼ਾ ਰਿਫਿਊਜ਼ ਹੋ ਰਿਹਾ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਵੀਜ਼ਾ ਅਪਲਾਈ ਕਰਦੇ ਹੋ ਤੁਸੀਂ ਇੱਕ ਕੋਰਸ ਦੇ ਵਿੱਚ ਅਪਲਾਈ ਕਰਦੇ ਹੋ ਇਹ ਵੀਜ਼ਾ ਸਟੱਡੀ ਵੀਜ਼ਾ ਹੁੰਦਾ ਵਾ ਜੋ ਕਿ ਪੜ੍ਹਾਈ ਵਾਸਤੇ ਤੁਸੀਂ ਅਪਲਾਈ ਕਰਦੇ ਹੋ ਤੁਸੀਂ ਸਟੱਡੀ ਵੀਜ਼ਾ ਅਪਲਾਈ ਕੀਤਾ ਕੈਨੇਡਾ ਦਾ ਜਨਵਰੀ ਇਨਟੇਕ ਦਾ ਜਨਵਰੀ ਇਨਟੇਕ ਲੰਘ ਗਿਆ ਉਹਦੇ ਤੋਂ ਬਾਅਦ ਤੁਹਾਡਾ ਰਿਫਿਊਜ਼ਲ ਆ ਗਿਆ ਤੁਸੀਂ ਕਹਿੰਦੇ ਹੋ ਮੈਂ ਡੈਫਰ ਕੀਤਾ ਮੈਂ ਕਾਲਜ ਨੂੰ ਸਾਰੀ ਵੈਬਸਾਈਟ ਨੂੰ ਵੈਬ ਫਾਰਮ ਦੇ ਜ਼ਰੀਏ ਮੈਂ ਡੈਫਰ ਲੈਟਰ ਦੇ ਦਿੱਤੀ ਬਹੁਤ ਸਾਰੇ ਕੇਸਾਂ ਦੇ ਵਿੱਚ ਦੇਖਿਆ ਗਿਆ ਕਿ ਤੁਹਾਡੀ ਜਿਹੜੀ ਡੈਫਰ ਕੀਤੀ ਹੋਈ ਲੈਟਰ ਆ ਉਹ ਅਬਸਰ ਤੱਕ ਨਹੀਂ ਪਹੁੰਚਦੀ ਅੱਜ ਜਿੰਨੀਆਂ ਵੀ ਪ੍ਰੋਸੈਸਿੰਗ ਹੋ ਰਹੀਆਂ ਸਾਰੀ ਇਹਦੀ ਸਾਰੀ ਪ੍ਰੋਸੈਸਿੰਗ ਸਟੂਡੈਂਟ ਵੀਜ਼ਾ ਦੀ ਕੈਨੇਡਾ ਤੋਂ ਹੋ ਰਹੀ ਹੈ ਕੈਨੇਡਾ ਤੋਂ ਪ੍ਰੋਸੈਸਿੰਗ ਹੋ ਰਹੀ ਹੈ ਆਨਲਾਈਨ ਐਪਲੀਕੇਸ਼ਨ ਲੱਗਦੀ ਵੀ ਹੈ ਜਦੋਂ ਆਨਲਾਈਨ ਐਪਲੀਕੇਸ਼ਨ ਲੱਗਦੀ ਹੈ ਤੁਹਾਡੀ ਫਾਈਲ ਜਦੋਂ ਤੁਸੀਂ ਬਣਾਉਂਦੇ ਹੋ ਉਹਦੇ ਚ ਇੱਕ ਐਪਲੀਕੇਸ਼ਨ ਫਾਰਮ ਲੱਗਦਾ ਇਹ ਐਪਲੀਕੇਸ਼ਨ ਫਾਰਮ 6 ਪੇਜਾਂ ਦਾ ਜਾਂ 8 ਪੇਜਾਂ ਦਾ ਹੁੰਦਾ ਇਸ ਐਪਲੀਕੇਸ਼ਨ ਫਾਰਮ ਦੇ ਵਿੱਚ ਤੁਸੀਂ ਆਪ ਦਾ ਕੈਨੇਡਾ ਜਾਣ ਦਾ ਕੋਲਿਜੀ ਲਿਖਦੇ ਹੋ ਕੋਰਸ ਲਿਖਦੇ ਹੋ ਆਪਦੀ ਸਾਰੀ ਡਿਟੇਲ ਦਿੰਦੇ ਹੋ ਕਿਸੇ ਨੇ ਮਈ ਦੇ ਵਿੱਚ ਅਪਲਾਈ ਕੀਤਾ ਕਿਸੇ ਨੇ ਜਨਵਰੀ ਚ ਕੀਤਾ ਕਿਸੇ ਨੇ ਫਰਵਰੀ ਚ ਕੀਤਾ ਜਿਸ ਡੇਟ ਦਾ ਤੁਸੀਂ ਅਪਲਾਈ ਕੀਤਾ ਕੀ ਉਸ ਡੇਟ ਤੱਕ ਤੁਹਾਡੀ ਪ੍ਰੋਸੈਸਿੰਗ ਹੋ ਗਈ ਜੇ ਹੋ ਗਈ ਤੁਹਾਡਾ ਵੀਜ਼ਾ ਆ ਗਿਆ ਜਾਂ ਰਿਫਿਊਜ਼ ਹੋ ਗਿਆ ਤੇ ਉਹਨੂੰ ਅਸੀਂ ਖਾਵਾਂਗੇ ਜੈਨੂਨ ਰਿਫਿਊਜ਼ਲ ਹੈ ਜਾਂ ਜੈਨੂਨ ਵੀਜ਼ਾ ਤੁਹਾਡੇ ਕੋਰਸ ਦੀ ਡੇਟ ਲੰਘ ਚੁੱਕੀ ਆ ਉਹਦੇ ਤੋਂ ਬਾਅਦ ਤੁਹਾਨੂੰ ਰਿਫਿਊਜ਼ਲ ਮਿਲਦਾ ਪਿਆ ਵਾ ਅਸੀਂ ਕੋਈ ਕਾਰਜ ਮਿੱਥਦੇ ਆ ਕਿ ਇਨੀ ਤਰੀਕ ਨੂੰ ਅਸੀਂ ਕੋਈ ਕਾਰਜ ਕਰਾਂਗੇ ਜਦੋਂ ਉਹ ਤਰੀਕ ਨਿਕਲ ਜਾਂਦੀ ਹੈ ਉਹਦੇ ਤੋਂ ਬਾਅਦ ਉਸ ਕਾਰਜ ਦਾ ਕੋਈ ਵੀ ਮਹੱਤਵ ਨਹੀਂ ਹੁੰਦਾ ਅਸੀਂ ਨਵਾਂ ਸਾਲ ਮਨਾਉਣ ਵਾਸਤੇ ਕਿਤੇ ਹੋਟਲ ਬੁੱਕ ਕਰਾਣੇ ਆ ਜੇ ਅਸੀਂ ਨਵੇਂ ਸਾਲ ਤੇ ਉੱਥੇ ਨਹੀਂ ਪਹੁੰਚਦੇ ਤਾਂ ਉਹਦੇ ਤੋਂ ਬਾਅਦ ਉਸ ਹੋਟਲ ਦੀ ਕੋਈ ਵੈਲਿਊ ਨਹੀਂ ਹੁੰਦੀ ਸਾਨੂੰ ਉਥੋਂ ਕੋਈ ਵੀ ਪੈਸਾ ਵਾਪਸ ਨਹੀਂ ਮਿਲਦਾ ਅੱਜ ਜਿਹੜੇ ਵੀ ਬੱਚੇ ਨੇ ਅਪਲਾਈ ਕਰਨਾ ਵਾ ਉਹਨੇ ਇੱਕ ਕਾਲਜ ਇੱਕ ਕੋਰਸ ਵਾਸਤੇ ਅਪਲਾਈ ਕੀਤਾ ਵਾ ਪੜ੍ਹਾਈ ਦਾ ਵੀਜ਼ਾ ਅਪਲਾਈ ਕੀਤਾ ਵਾ ਜਦੋਂ ਪੜ੍ਹਾਈ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਤੇ ਕਿਸੇ ਕਾਲਜ ਯੂਨੀਵਰਸਿਟੀ ਦੇ ਵਿੱਚ ਦਾਖਲਾ ਕਰਾਇਆ ਸੀਗਾ ਜੇ ਤੁਸੇ ਕਿਸੇ ਕਾਲਜ ਯੂਨੀਵਰਸਿਟੀ ਚ ਦਾਖਲਾ ਕਰਾਇਆ ਸੀ ਉਹਦੀ ਇੱਕ ਸਟਾਰਟ ਡੇਟ ਸੀਗੀ ਕੈਂਡੀਡੇਟ ਸੀਗੀ ਉਹ ਸਟਾਰਟ ਡੇਟ ਮੁੱਕ ਚੁੱਕੀ ਆ ਹੁਣ ਹੁਣ ਤੁਹਾਨੂੰ ਵੀਜ਼ਾ ਕਿੱਦਾਂ ਦੇਗੀ ਐਮਬੈਸੀ ਤੁਹਾਨੂੰ ਲੱਗਦਾ ਕਿ ਅਸੀਂ ਵੈਬ ਫਾਰਮ ਦੇ ਜ਼ਰੀਏ ਡੈਫਰ ਲੈਟਰ ਜਮ੍ਹਾਂ ਕਰਾਤੀ ਆ ਤਾਂ ਅਸੀਂ ਵੀਜ਼ੇ ਦੇ ਹੱਕਦਾਰ ਹੋ ਗਏ ਆ ਜਿਹੜਾ 8 ਪੇਜ ਦਾ ਤੁਸੀਂ ਐਪਲੀਕੇਸ਼ਨ ਫਾਰਮ ਭਰਿਆ ਉਹਦੇ ਵਿੱਚ ਤਾਂ ਤੁਸੀਂ ਭਰੇ ਜਨਵਰੀ ਇੰਟੈਕ ਸੀਗਾ ਐਪਲੀਕੇਸ਼ਨ ਨੂੰ ਕਿਸੇ ਨੂੰ 6 ਮਹੀਨੇ ਲੱਗੇ ਕਿਸੇ ਨੂੰ 8 ਮਹੀਨੇ ਲੱਗੇ ਕਿਸੇ ਦੀ ਸਾਲ ਬਾਅਦ ਅਜੇ ਰਿਫਿਊਜ਼ਲ ਆ ਰਹੀ ਆ ਕੀ ਹੋਇਆ ਇਨ ਬਿਟਵੀਨ ਤੁਹਾਡਾ ਆਲਸ ਐਕਸਪਾਇਰ ਹੋ ਗਿਆ ਇਨ ਬਿਟਵੀਨ ਜਿਹੜੇ ਤੁਸੀਂ ਫੰਡ ਚੋਕ ਕੀਤੇ ਸੀ ਬੈਂਕ ਦੇ ਵਿੱਚ ਪੈਸੇ ਰੱਖੇ ਸੀ ਤੁਸੀਂ ਉਹ ਪੈਸੇ ਵੀ ਖਰਚ ਲਏ ਕਰੋਨਾ ਵਾਇਰਸ ਦੇ ਦੌਰਾਨ ਸਾਰਿਆਂ ਦੇ ਕਾਰੋਬਾਰ ਖਰਾਬ ਹੋਏ ਐ ਅੱਜ ਜੇਕਰ ਤੁਹਾਡੀ ਫਾਈਲ ਐਮਬੈਸੀ ਦੇ ਵਿੱਚ ਪਈ ਆ ਪਿਛਲੇ 6 8 10 ਮਹੀਨੇ ਤੋਂ ਬਹੁਤ ਘੱਟ ਝਾਂਸ ਹੈ ਕਿ ਤੁਹਾਨੂੰ ਵੀਜ਼ਾ ਮਿਲੇਗਾ ਜਿਹੜਾ ਕੋਰਸ ਤੁਸੀਂ ਅਪਲਾਈ ਕੀਤਾ ਸੀਗਾ ਉਸ ਕੋਰਸ ਦੀ ਤਰੀਕ ਨਿਕਲ ਚੁੱਕੀ ਆ ਅੱਜ ਜ਼ਿਆਦਾਤਰ ਵੀਜ਼ਾ ਰਿਫਿਊਜ਼ਲ ਦੇ ਵਿੱਚ ਲਿਖਿਆ ਆ ਰਿਹਾ ਕਿ ਤੁਸੀਂ ਵਾਪਸ ਨਹੀਂ ਆਉਂਗੇ ਇੱਕ ਜਨਰਲ ਰਿਫਿਊਜ਼ਲ ਦਿੱਤਾ ਜਾ ਰਿਹਾ ਜਨਰਲ ਗਰਾਉਂਡ ਦੇ ਉੱਤੇ ਵੀਜ਼ਾ ਰਿਫਿਊਜ਼ ਕੀਤਾ ਜਾ ਰਿਹਾ ਕਿ ਜਿਸ ਕਾਲਜ ਇਸ ਕੋਰਸ ਵਾਸਤੇ ਤੁਸੀਂ ਅਪਲਾਈ ਕੀਤਾ ਸੀ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਵਾਪਸ ਆਉਂਗੇ ਤੁਸੀਂ ਵਾਪਸ ਨਹੀਂ ਆਉਂਗੇ ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ ਜੇ ਮੈਂ ਗਿਣਤੀ ਕਰਨ ਲੱਗਾ ਤਾਂ ਸ਼ਾਇਦ ਸੈਂਕੜਿਆਂ ਦੇ ਵਿੱਚ ਇਹ ਰੀਜ਼ਨ ਹੋਣਗੇ ਤੁਹਾਡਾ ਕੋਰਸ ਰੈਲੇਵੈਂਟ ਨਹੀਂ ਹੈਗਾ ਤੁਹਾਡੇ ਪੜ੍ਹਾਈ 'ਚ ਨੰਬਰ ਘਟਨੇ ਜਿਸ ਕੋਰਸ ਤੁਸੀਂ ਦਾਖਲਾ ਲਿਆ ਉਹਦੀ ਕੋਈ ਪ੍ਰੋਗਰੈਸ਼ਨ ਨਹੀਂ ਹੈਗੀ ਤੁਹਾਡੀ ਲਾਈਫ ਦੇ ਨਾਲ ਤੁਸੀਂ ਆਪ ਦਾ ਕੋਈ ਪਲਾਨ ਨਹੀਂ ਦਿੱਤਾ ਕਿ ਤੁਸੀਂ ਕੈਨੇਡਾ ਦੇ ਵਿੱਚ ਸਟੱਡੀ ਕਰਨ ਜਾ ਰਹੇ ਹੋ ਤੁਹਾਡਾ ਕੀ ਸਟੱਡੀ ਪਲਾਨ ਹੈ ਇਹ ਪੜ੍ਹਾਈ ਪੜ੍ਹ ਕੇ ਤੁਸੀਂ ਕਿਉਂ ਜਾਓਗੇ ਕੀ ਕਰੋਗੇ ਤੁਸੀਂ ਇਹ ਲਿਖ ਕੇ ਨਹੀਂ ਦਿੱਤਾ ਕਿ ਤੁਸੀਂ ਕੈਨੇਡਾ ਦੇ ਵਿੱਚ 15 ਲੱਖ ਰੁਪਏ ਲਾ ਕੇ ਪੜ੍ਹਨ ਜਾ ਰਹੇ ਹੋ ਇਸ ਪੜ੍ਹਾਈ ਦਾ ਤੁਹਾਨੂੰ ਕੀ ਫਾਇਦਾ ਹੋਏਗਾ ਇੱਕ ਕੋਰਸ ਤੁਸੀਂ ਇੰਡੀਆ ਛੱਡ ਕੇ ਕੈਨੇਡਾ ਦੇ ਵਿੱਚ ਕਿਉਂ ਕਰਨ ਜਾ ਰਹੇ ਹੋ ਕਈ ਰੀਜ਼ਨ ਹੈਗੇ ਕੋਈ ਇੱਕ ਰੀਜ਼ਨ ਨਹੀਂ ਹੈਗਾ ਤੁਹਾਨੂੰ ਵੀਜ਼ਾ ਆਫੀਸਰ ਜਿਹੜਾ ਲਿਖ ਕੇ ਦੇ ਦੇਵੇ ਤਾਂ ਤੁਸੀਂ ਅਗਲੇ ਦਿਨ ਸੈਟੀਸਫਾਈਡ ਹੋ ਜਾਓ ਉਹਨਾਂ ਕੋਲ ਹੀ ਇੱਕ ਲੀਜ਼ਰ ਹੈ ਲਿਖ ਕੇ ਦੇ ਦਿੰਦਾ ਕਿ ਭਾਈ ਤੂੰ ਵਾਪਸ ਨਹੀਂ ਆਣਾ ਸਾਨੂੰ ਨਹੀਂ ਲੱਗਦਾ ਇੱਕ ਵੀਜ਼ਾ ਆਫੀਸਰ ਜਿੰਨੇ ਤੁਹਾਡੀ ਫਾਈਲ ਅਸੈਸ ਕਰਣੀ ਹੈ ਤੁਹਾਡੀ ਜ਼ਿੰਦਗੀ ਦਾ ਨਤੀਜਾ ਉਸ ਵੀਜ਼ਾ ਆਫੀਸਰ ਨੇ ਦੇਣਾ ਤੇ ਉਹਦੀ ਮਰਜ਼ੀ ਹੈ ਉਹ ਤੁਹਾਨੂੰ ਵੀਜ਼ਾ ਦੇਵੇ ਜਾਂ ਨਾ ਦੇਵੇ ਇੱਕ ਕੈਨੇਡੀਅਨ ਵੀਜ਼ਾ ਆਫੀਸਰ ਦੇ ਉੱਤੇ ਕੋਈ ਵੀ ਪ੍ਰੈਸ਼ਰ ਨਹੀਂ ਹੁੰਦਾ ਕਦੀ ਵੀ ਵੀਜ਼ਾ ਦੇਣ ਦਾ ਵੀਜ਼ਾ ਰਿਫਿਊਜ਼ ਕਰਨਾ ਉਹਨਾਂ ਲਈ ਬਹੁਤ ਸੌਖਾ ਹੁੰਦਾ ਵੀਜ਼ਾ ਦੇਣਾ ਬਹੁਤ ਔਖਾ ਹੁੰਦਾ ਤੁਹਾਡੀ ਫਾਈਲ 'ਚ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਕਿ ਤੁਸੀਂ ਇਸ ਵੀਜ਼ੇ ਦੇ ਲਾਇਕ ਹੈਗੇ ਜੇ ਉਹ ਲਾਇਕ ਕਿਦਾਂ ਚੈੱਕ ਕਰਦੇ ਆ ਇੱਕ ਮੋਟੀਵੇਸ਼ਨ ਲੈਟਰ ਭਾਲਦੇ ਆ ਫਾਈਲ ਦੇ ਵਿੱਚ ਉਹ ਚਾਹਦੇ ਆ ਕਿ ਤੁਸੀਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦੋ ਕਿ ਤੁਸੀਂ ਪੜ੍ਹਾਈ ਤੋਂ ਬਾਅਦ ਵਾਪਸ ਕਿਉਂ ਆਓਗੇ ਤੁਹਾਡੇ ਮਾਤਾ ਪਿਤਾ ਦੀ ਕੀ ਆਮਦਨ ਹੈ ਤੁਹਾਡੇ ਕੋਲ ਕੀ ਸੇਵਿੰਗਸ ਹੈਗੀਆਂ 2 ਸਾਲ ਦਾ ਤੁਸੀਂ ਕੋਰਸ ਲੈ ਲਿਆ ਤੁਸੀਂ ਜੀਆਈਸੀ ਜਮ੍ਹਾਂ ਕਰਾ ਦਿੱਤਾ ਤੁਸੀਂ ਸਾਲ ਦੀ ਫੀਸ ਤਾਰਤੀ ਅਗਲੇ ਸਾਲ ਦੀ ਫੀਸ ਕੌਣ ਤਾਰੇਗਾ ਜਦੋਂ ਕਿਸੇ ਸਟੂਡੈਂਟ ਨਾਲ ਬਹਿਸ ਦੇਖ ਲੈਂਦਾ ਨਹੀਂ ਜੀ ਨਹੀਂ ਇਹ ਤਾਂ ਰੂਲ ਹੈਗਾ ਕਿ ਨਹੀਂ ਜੇ ਤੁਸੀਂ ਐਸਡੀਐਸ ਚ ਚੱਲੇ ਤਾਂ ਸਾਲ ਦੀ ਫੀਸ ਹੀ ਤਾਰਨੀ ਹੈ ਦੂਜੇ ਸਾਲ ਦੇ ਫੰਡ ਨਹੀਂ ਸ਼ੋਅ ਕਰਨੇ ਕਿਤੇ ਵੀ ਨਹੀਂ ਇਹ ਲਿਖਿਆ ਕਿ ਦੂਜੇ ਸਾਲ ਦੇ ਫੰਡ ਸ਼ੋਅ ਨਹੀਂ ਕਰਨੇ ਅਸੀਂ ਐਮਬੈਸੀ ਦੇ ਬਹੁਤ ਸਾਰੇ ਵੈਬਿਨਾਰ ਦੇਖੇ ਜਿਹਦੇ ਚ ਅਫਸਰਾਂ ਵੱਲੋਂ ਕਲੀਅਰ ਕਟ ਕਿਹਾ ਗਿਆ ਕਿ ਜੇ ਤੁਸੀਂ 2 ਸਾਲ 3 ਸਾਲ ਦੇ ਕੋਰਸ ਚ ਜਾ ਰਹੇ ਹੋ ਇੱਕ ਅਫਸਰ ਨੇ ਇਹ ਵੀ ਦੇਖਣਾ ਕਿ ਅਗਲੇ ਸਾਲ ਪੈਸੇ ਕਿੱਥੋਂ ਆਣਗੇ ਐਦਕੀ ਤੁਸੀਂ ਕਿਸੇ ਕੋ ਵਿਆਜ ਤੇ ਪੈਸੇ ਲੈ ਲਿਆ ਐ ਕਿ ਤੁਸੀਂ ਜ਼ਮੀਨ ਵੇਚਤੀ ਜਿਹੜੀਆਂ ਤੁਸੀਂ ਫੀਸਾ ਤਾਰਦੇ ਪੇਜੇ ਕੀ ਤੁਸੀਂ ਇਸ ਇਹਦਾ ਕਦੀ ਐਵੀਡੈਂਸ ਦਿੱਤਾ ਕਿ ਇਹ ਪੈਸੇ ਤੁਹਾਡੇ ਕੋਲ ਕਿੱਥੋਂ ਆਏ ਨੇ ਦੋ ਕੈਟੇਗਰੀਆਂ ਚ ਵੀਜ਼ਾ ਅਪਲਾਈ ਹੁੰਦਾ ਐ ਐਸਡੀਐਸ ਚ ਜਾਂਦੇ ਜੇ ਜਨਰਲ ਚ ਜਾਂਦੇ ਜੇ ਤੁਸੀਂ ਜਨਰਲ ਦੀ ਚੈਕਲਿਸਟ ਚੁੱਕ ਲੋਦੇ ਚ ਕਲੀਅਰ-ਕਲੀਅਰ ਲਿਖਿਆ ਕਿ ਤੁਹਾਡੇ ਪੈਸੇ ਪੁਰਾਣੇ ਹੋਣੇ ਚਾਹੀਦੇ ਆ ਤੁਸੀਂ ਕੈਨੇਡਾ ਨੂੰ ਜੀਏਸੀ ਵੀ ਤਾਰਤਾ ਤੁਸੀਂ ਕੈਨੇਡਾ ਨੂੰ ਫੀਸ ਵੀ ਤਾਰਤੀ ਉਹਦਾ ਕਦੀ ਐਵੀਡੈਂਸ ਦਿੱਤਾ ਇਹ ਪੈਸੇ ਕਿੱਥੋਂ ਆਏ ਤੁਸੀਂ ਆਪਦੇ ਆਪ ਨੂੰ ਇੱਕ ਫਾਰਮਰ ਲਿਖਦੇ ਜੇ ਇੱਕ ਫਾਰਮਰ ਦੇ ਕੋਲ ਕਿੰਨੀ ਜ਼ਮੀਨ ਹੈਗੀ ਆ ਉਸ ਜ਼ਮੀਨ ਤੋਂ ਕਿੰਨਾ ਕਣਕ ਨਿਕਲਦੀ ਆ ਕਿੰਨਾ ਕਿੰਨਾ ਝੋਨਾ ਨਿਕਲਦਾ ਇਹਦੇ ਉੱਤੇ ਵੀ ਤੁਹਾਡਾ ਵੀਜ਼ਾ ਬੇਸਡ ਆ ਹਜ਼ਾਰਾਂ ਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਇੱਕ ਫਾਈਲ ਦੇ ਵਿੱਚ ਦੇਖਣ ਵਾਲੀਆਂ ਹੁੰਦੀਆਂ ਤੁਹਾਡੇ ਹਿਸਾਬ 'ਚ ਨੰਬਰ ਥੋੜੇ ਹੁੰਦੇ ਆ ਜਿਹਦੇ ਕਰਕੇ ਵੀਜ਼ਾ ਰਿਫਿਊਜ਼ ਹੋ ਜਾਂਦਾ ਤੁਹਾਡਾ ਕੋਰਸ ਹੀ ਮੈਚ ਨਹੀਂ ਕਰਦਾ ਹੁੰਦਾ ਸਾਰਾ ਕੁਝ ਠੀਕ ਹੈ ਤੁਹਾਡੇ ਸੱਤ ਬੈਂਡ ਤੁਸੀਂ ਯੂਨੀਵਰਸਿਟੀ ਪੜਨ ਚੱਲੇ ਜੇ ਤੁਸੀਂ ਸਟੇਟਮੈਂਟ ਆਫ ਪਰਪਸ ਦੇ ਵਿੱਚ ਲਿਖਿਆ ਹੀ ਨਹੀਂ ਕਿ ਤੁਸੀਂ ਇਸ ਕੋਰਸ ਦਾ ਫਾਇਦਾ ਕੀ ਹੋਣਾ ਤੁਹਾਨੂੰ ਯਾਦ ਰੱਖੋ ਜਦੋਂ ਵੀ ਤੁਸੀਂ ਕਿਸੇ ਵੀਜ਼ਾ ਆਫੀਸਰ ਕੋਲੋਂ ਕੋਈ ਵੀਜ਼ਾ ਲੈਣਾ ਹੋ ਉਹਸ ਆਫਸਰ ਨੇ ਸਭ ਤੋਂ ਪਹਿਲਾਂ ਤੁਹਾਡੇ ਕਾਗਜ਼ ਦੇਖਣੇ ਆ ਜਿਹੜੀ ਚੀਜ਼ ਤੁਸੀਂ ਬੋਲ ਕੇ ਨਹੀਂ ਦੱਸ ਸਕਦੇ ਆ ਤੇ ਮੈਂਕਰ ਤੁਹਾਨੂੰ ਕੋਈ ਚੀਜ਼ ਪੁੱਛਾਂ ਕਿ ਭਾਈ ਤੁਸੀਂ ਵਾਪਸ ਆਣਾ ਜਾਂ ਨਹੀਂ ਆਣਾ ਤੁਸੀਂ ਉਹਦਾ ਕੋਈ ਜਵਾਬ ਤਾਂ ਦਿਓਗੇ ਨਾ ਕਿ ਵੀਜ਼ ਦੀ ਆ ਰੀਜ਼ਨ ਹੈ ਜਨਾ ਕਰਕੇ ਮੈਂ ਵਾਪਸ ਆਵਾਂਗਾ ਕੈਨੇਡੀਅਨ ਵੀਜ਼ਾ ਆਫੀਸਰ ਤੁਹਾਡੇ ਨਾਲ ਫੋਨ ਤੇ ਗੱਲ ਨਹੀਂ ਕਰ ਸਕਦਾ ਉਹਨਾਂ ਕੋਲ ਇਨਾ ਟਾਈਮ ਨਹੀਂ ਹੈਗਾ ਕਿ ਤੁਹਾਨੂੰ 1 ਟੂ 1 ਬਲਾ ਕੇ ਅਗਲੇ ਤੁਹਾਡੀ ਇੰਟਰਵਿਊ ਲੈਣ ਉਹ ਆਪਣੀ ਚੈਕਲਿਸਟ ਚ ਕਲੀਅਰ ਲਿਖਦੇ ਆ ਕਿ ਤੁਸੀਂ ਸਾਨੂੰ ਮੋਟੀਵੇਸ਼ਨਲ ਲੈਟਰ ਦਿਓ ਤੁਸੀਂ ਸਾਨੂੰ ਇੱਕ ਕਾਗਜ਼ ਤੇ ਲਿਖ ਕੇ ਦਿਓ ਕਿ ਤੁਸੀਂ ਇਸ ਵੀਜ਼ੇ ਦੇ ਹੱਕਦਾਰ ਕਿਉਂ ਹੈਗੇ ਜੇ ਤੁਹਾਡੀ ਪੜ੍ਹਾਈ ਦਾ ਖਰਚਾ ਕਿੱਥੋਂ ਆਏਗਾ ਤੁਸੀਂ ਇਸ ਕੋਰਸ ਨੂੰ ਕਿਉਂ ਚੁਣਿਆ ਵੈ ਤੁਸੀਂ ਇਹ ਕੋਰਸ ਇੰਡੀਆ ਚ ਕਿਉਂ ਨਹੀਂ ਕਰ ਰਹੇ ਕਿਉਂ ਕੈਨੇਡਾ ਚ ਕਰ ਰਹੇ ਹੋ ਇਹ ਸਾਨੂੰ ਲਿਖ ਕੇ ਦਿਓ ਅੱਜ ਵੀਜ਼ਾ 100% 베이스ਡ ਐਸਓਪੀ ਦੇ ਉੱਤੇ ਆ ਤੁਹਾਡੀ ਸਟੇਟਮੈਂਟ ਆਫ ਪਰਪਸ ਹੀ ਤੁਹਾਡਾ ਵੀਜ਼ਾ ਹੁੰਦਾ ਜਦੋਂ ਤੁਸੀਂ ਸਟੇਟਮੈਂਟ ਆਫ ਪਰਪਸ ਦੇ ਵਿੱਚ ਚੰਗੀ ਤਰ੍ਹਾਂ ਚੀਜ਼ਾਂ ਡਿਫਾਈਨ ਨਹੀਂ ਕਰਦੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਬਹੁਤ ਸਾਰੇ ਪੈਰਾਮੀਟਰਸ ਹੈਗੇ ਆ ਅੱਜ ਡੈਫਰ ਕਰਕੇ ਵੀਜ਼ਾ ਰਿਫਿਊਜ਼ ਹੋ ਰਿਹਾ ਵਾ ਤੁਹਾਡਾ ਅੱਜ ਆਲਸ ਦੇ ਵਿੱਚ ਘੱਟ ਬੈਂਡ ਕਰਕੇ ਵੀਜ਼ਾ ਰਿਫਿਊਜ਼ ਹੋ ਰਿਹਾ ਜਿਸ ਕੋਰਸ ਤੁਸੀਂ ਅਪਲਾਈ ਕੀਤਾ ਤੁਸੀਂ ਪੋਸਟ ਗ੍ਰੈਜੂਏਸ਼ਨ ਲਈ ਅਪਲਾਈ ਕਰਤਾ ਬੈਂਡ ਸੀਗੇ ਤੁਹਾਡੇ 6 ਜਿੱਥੇ 6.5 ਚਾਹੀਦੇ ਸੀਗੇ 6.5 ਬੈਂਡ ਚਾਹੀਦੇ ਆ ਜੇਕਰ ਤੁਸੀਂ ਬੈਚਲਰ ਤੋਂ ਬਾਅਦ ਅਪਲਾਈ ਕਰਦੇ ਹੋ ਜੇਕਰ ਤੁਸੀਂ ਪਲੱਸ 2 ਤੋਂ ਬਾਅਦ ਅਪਲਾਈ ਕਰਦੇ ਹੋ ਫਿਰ ਤੁਹਾਨੂੰ 6 ਬੈਂਡ ਚਾਹੀਦੇ ਆ ਅੱਜ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਦੁਬਾਰਾ ਅਪਲਾਈ ਜਿੱਥੋਂ ਵੀ ਤੁਸੀਂ ਕਰਨਾ ਤੁਹਾਨੂੰ ਪਹਿਲਾਂ ਇਹ ਪਤਾ ਲੱਗਣਾ ਚਾਹੀਦਾ ਕਿ ਪਿਛਲਾ ਵੀਜ਼ਾ ਰਿਫਿਊਜ਼ ਕਿਉਂ ਹੋਇਆ ਜੇਕਰ ਕੋਈ ਤੁਹਾਨੂੰ ਇਹ ਨਹੀਂ ਦੱਸਦਾ ਕਿ ਪਿਛਲਾ ਵੀਜ਼ਾ ਕਿਉਂ ਰਿਫਿਊਜ਼ ਹੋਇਆ ਤਾਂ ਤੁਸੀਂ ਅਗਲੀ ਐਪਲੀਕੇਸ਼ਨ ਕਿੱਦਾਂ ਪਾ ਦਿਓਗੇ ਅੱਜ ਬਹੁਤ ਸਾਰੇ ਬੱਚਿਆਂ ਦੇ AIP ਤੋਂ ਬਾਅਦ ਵੀਜ਼ਾ ਰਿਫਿਊਜ਼ ਹੋ ਗਏ ਜਦੋਂ AIP ਤੋਂ ਬਾਅਦ ਵੀਜ਼ਾ ਰਿਫਿਊਜ਼ ਹੋ ਗਿਆ ਅਸੀਂ ਉਹਦੇ ਕੇਪ ਨੋਟਸ ਤੱਕ ਪਹੁੰਚੇ ਭਾਈ ਇਹਦੇ ਵਿੱਚ ਕੀ ਨੁਕਸ ਪਿਆ ਗਿਆ ਜਦ ਬੈਸੀ ਨੇ ਪਹਿਲਾਂ ਵੀਜ਼ਾ ਦੇ ਦਿੱਤਾ ਸੀ ਹੁਣ ਦੁਬਾਰਾ ਕਿਉਂ ਰਿਫਿਊਜ਼ ਕਰਤਾ ਜਦੋਂ ਅਸੀਂ ਰਿਫਿਊਜ਼ਲ ਲੈਟਰ ਨੂੰ ਦੇਖਦੇ ਆਂ ਜਦੋਂ ਉਹਦੇ ਕੀਪ ਨੋਟਸ ਨੂੰ ਪੜ੍ਹਦੇ ਆਂ ਉੱਚ ਬੜਾ ਕਲੀਅਰ ਲਿਖਿਆ ਅਗਲਾ ਕਹਿੰਦਾ ਯਾਰ ਤੂੰ ਪਹਿਲਾਂ ਇੱਕ ਵਾਰੀ ਰਿਫਿਊਜ਼ ਸੀਗਾ ਫਿਰ ਤੂੰ ਦੂਜੀ ਵਾਰੀ ਰਿਫਿਊਜ਼ ਹੋ ਗਿਆ ਫਿਰ ਤੂੰ ਤੀਜੀ ਵਾਰੀ ਹੋ ਗਿਆ ਹੁਣ ਤੂੰ ਚੌਥੀ ਵਾਰੀ ਨਵਾਂ ਕਾਲਜ ਨਵਾਂ ਕੋਰਸ ਲੈ ਲਿਆ ਤੂੰ ਸਾਨੂੰ ਦੱਸਿਆ ਹੀ ਨਹੀਂ ਕਿਉਂ ਕਰਦਾ ਪਿਆ ਤੁਸੀਂ ਐਮਬੈਸੀ ਨੂੰ ਆਪ ਦੀ ਸਟੇਟਮੈਂਟ ਆਫ ਪਰਪਸ ਦੇ ਵਿੱਚ ਨਹੀਂ ਡਿਫਾਈਨ ਕੀਤਾ ਸੀ ਕਿ ਤੁਸੀਂ ਇਹ ਕੋਰਸ ਕਿਉਂ ਲੈ ਰਹੇ ਹੋ ਇਸ ਕੋਰਸ ਦਾ ਕੀ ਫਾਇਦਾ ਹੋਏਗਾ ਅੱਜ ਵੀਜ਼ਾ 베ਸਟ ਹੈਗਾ ਜੇ ਤੁਹਾਡੀ ਐਸਓਪੀ ਦੇ ਉੱਤੇ ਪੜਾਈ ਸੋਖਾ ਜੇ ਕੈਨੇਡਾ ਦਾ ਵੀਜ਼ਾ ਲੈਣਾ ਸਿਰਫ ਤੁਸੀਂ ਇਮਾਨਦਾਰੀ ਨਾਲ ਅਪਲਾਈ ਕਰਨਾ ਬੱਚਾ ਸਾਡੇ ਕੋਲ ਆਂਦਾ ਡਰਦਾ ਮੈਂ ਕਿਹੜੇ ਕਾਲਜ ਫੀਸ ਭੇਜਾਂ ਕਿੱਥੇ ਨਾ ਭੇਜਾਂ ਲੋਕ ਮੋਂਟਰੀਅਲ ਦੇ ਨਾਂ ਦੇ ਉੱਤੇ ਅੱਜ ਬੜੇ ਤਰੀਕੇ ਨਾਲ ਖਰਾਬ ਹੋ ਰਹੇ ਆ ਮੋਂਟਰੀਅਲ 'ਚ ਹਜ਼ਾਰਾਂ ਹੀ ਬੱਚਿਆਂ ਦੀਆਂ ਫਾਈਲਾਂ ਲੱਗੀਆਂ ਉਹਦੀ ਪ੍ਰੋਸੈਸਿੰਗ ਨਹੀਂ ਹੋ ਰਹੀ ਸਾਰੇ ਬੱਚਿਆਂ ਨੂੰ ਪਤਾ ਹੈ ਨਾ ਕਾਲਜਾਂ 'ਚ ਪ੍ਰੋਬਲਮ ਹੈ ਬੱਚਾ ਕੀ ਕਰੇ ਬੱਚਾ ਫਸ ਚੁੱਕਾ ਪੈਸੇ ਤਰੇ ਹੋਏ ਆ ਹਰ ਰੋਜ਼ ਇੱਕ ਨਵੀਂ ਪ੍ਰੋਬਲਮ ਆਂਦੀ ਪਈ ਆ ਅੱਜ ਵੀਜ਼ਾ ਕਿਉਂ ਰਿਫਿਊਜ਼ ਹੋ ਰਿਹਾ 15 ਦਿਨ ਬਾਅਦ ਰੀਜ਼ਨ ਹੀ ਚੇਂਜ ਹੋ ਜਾਂਦਾ ਵਾ ਕਿਤੇ ਵੀਜ਼ਾ ਰਿਫਿਊਜ਼ ਹੁੰਦਾ ਸੀਗਾ ਬੈਂਡ ਕਰਕੇ ਭਾਈ ਤੇਰੇ ਬੈਂਡ ਘਟਾ ਤੇਰੇ ਇੱਕ ਚ 5.5 ਲੱਖ ਤੇਰੇ ਦੋ ਚ 5.5 ਲੱਖ ਰਿਫਿਊਜ਼ ਹੋ ਰਿਹਾ ਅੱਜ ਇਸ ਕਰਕੇ ਨਹੀਂ ਵੀਜ਼ਾ ਰਿਫਿਊਜ਼ ਹੋ ਰਿਹਾ ਕਿ ਚ 5.5 ਤੇ ਦੋ ਚ 5.5 ਅੱਜ ਕੋਰਸ ਦੀ ਰੈਲੇਵੈਂਸੀ ਕਰਕੇ ਰਿਫਿਊਜ਼ ਹੋਣਾ ਸ਼ੁਰੂ ਹੋ ਗਿਆ ਤੁਸੀਂ ਪ੍ਰੋਗਰੈਸ਼ਨ ਨਹੀਂ ਦਿਖਾਉਂਦੇ ਤੁਸੀਂ ਮਾਸਟਰ ਡਿਗਰੀ ਤੋਂ ਬਾਅਦ ਡਿਪਲੋਮਾ ਦਾ ਕੋਰਸ ਲੈ ਲੈਂਦੇ ਜੇ ਵੀਜ਼ਾ ਰਿਫਿਊਜ਼ ਹੋ ਜਾਂਦਾ ਜਦੋਂ ਤੁਸੀਂ ਮਾਸਟਰ ਡਿਗਰੀ ਲੈ ਲਈ ਮਾਸਟਰ ਡਿਗਰੀ ਇੰਡੀਆ ਚ ਕਰ ਲਈ ਹੁਣ ਅਗਲਾ ਵੀਜ਼ਾ ਮਾਸਟਰ ਡਿਗਰੀ ਚ ਮਿਲਣਾ ਚੀਜ਼ਾਂ ਸਮਝ ਨਹੀਂ ਆ ਪੜੀਆਂ ਵੈ ਰਿਫਿਊਜ਼ਲ ਦਾ ਰੀਜ਼ਨ ਲੱਭਣਾ ਪੈਣਾ ਸਾਡੇ ਕੋਲ ਆਂਦੇ ਜੇ ਸਾਨੂੰ ਕਾਗਜ਼ ਦਿਖਾਓ ਸਾਡੇ ਕੋਲ ਪੁੱਛੋ ਭਾਈ ਦੱਸੋ ਕਿ ਵੀਜ਼ਾ ਸਾਡਾ ਕਿਉਂ ਰਿਵਿਊਜ਼ ਹੋਇਆ ਕੀ ਰੀਜ਼ਨ ਸੀਗੇ ਸਾਡੇ ਵੀਜ਼ਾ ਰਿਫਿਊਜ਼ ਹੋਣ ਚ ਹੁਣ ਵੀਜ਼ਾ ਤੁਸੀਂ ਕਿੱਦਾਂ ਲਵਾਓਗੇ ਅਸੀਂ ਪਹਿਲਾਂ ਦੱਸਾਂਗੇ ਤੁਹਾਡੇ ਅੰਦਰ ਕੀ ਕਮੀ ਸੀਗੀ ਇਸ ਕਮੀ ਨੂੰ ਕਿੱਦਾਂ ਪੂਰਾ ਕੀਤਾ ਜਾ ਰਿਹਾ ਹੁਣ ਇਹ ਵੀਜ਼ਾ ਕਿੱਦਾਂ ਲੱਗੇਗਾ ਵੀਜ਼ਾ ਰਿਫਿਊਜ਼ ਕਰਾਣਾ ਤਾਂ ਬੜਾ ਸੋਖਾ ਹੈ ਰਿਫਿਊਜ਼ਲ ਵਾਲੇ ਬੱਚੇ ਦਾ ਵੀਜ਼ਾ ਲੈਣਾ ਬਹੁਤ ਔਖਾ ਹੈ ਅਸੀਂ ਹਜ਼ਾਰਾਂ ਹੀ ਬੱਚਿਆਂ ਦਾ ਕੰਮ ਕਰਦੇ ਆਂ ਹਰ ਰੋਜ਼ ਸਾਡੇ ਕੋਲ ਰਿਫਿਊਜ਼ਲ ਵਾਲਾ ਬੱਚਾ ਆਂਦਾ ਕਿਸੇ ਦਾ ਦੋ ਵਾਰੀ ਰਿਫਿਊਜ਼ ਆ ਕਿਸੇ ਦਾ ਚਾਰ ਵਾਰੀ ਰਿਫਿਊਜ਼ ਆ ਕੇ ਤਾਂ ਪੰਜ ਵਾਰੀ ਰਿਫਿਊਜ਼ ਲੋਕਾਂ ਨੂੰ ਕੰਫੀਡੈਂਸ ਨਹੀਂ ਹੁੰਦਾ ਆਪਣੇ ਉੱਤੇ ਬਾਰ 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 ਅਸੀਂ ਉਹੀ ਕਾਲਜ ਉਹੀ ਕੋਰਸ ਅਪਲਾਈ ਕਰ ਰਹੇ ਆ ਤੁਹਾਨੂੰ ਇੱਕ ਵਾਰੀ ਐਮਬੈਸੀ ਨੇ ਵੀਜ਼ਾ ਰਿਫਿਊਜ਼ ਕਰਤਾ ਇੱਕ ਕੋਰਸ ਦੇ ਵਿੱਚ 2 ਕੋਰਸ ਦੇ ਵਿੱਚ 3 ਕੋਰਸ ਦੇ ਵਿੱਚ ਐਕਸ ਕਾਲਜ ਦੇ ਵਿੱਚ ਵਾਈ ਕਾਲਜ ਦੇ ਵਿੱਚ ਜੈਡ ਕਾਲਜ ਕੋਈ ਐਕਸਵਾਈ ਜ਼ੈਡ ਕਾਲਜ ਸੀਗੇ ਕੋਈ ਏ ਬੀ ਸੀ ਤਰ੍ਹਾਂ ਦਾ ਕੋਰਸ ਸੀਗਾ ਤੁਹਾਡਾ ਤਿੰਨ ਵਾਰੀ ਵੀਜ਼ਾ ਰਿਫਿਊਜ਼ ਹੋ ਗਿਆ ਹੁਣ ਚੌਥੀ ਵਾਰੀ ਆ ਕੇ ਫਿਰ ਕਹਿੰਦੇ ਹੋ ਨੀ ਜੀ ਹਮ ਤੋ ਗਵਰਨਮੈਂਟ ਕਾਲਜ ਮੇ ਜਾਏਂਗੇ ਹਮ ਤੋ ਯੂਨੀਵਰਸਿਟੀ ਮੇ ਜਾਏਂਗੇ ਹਮ ਤੋ ਪੜਨੇ ਜਾਏਂਗੇ ਇਹ ਪੜਨ ਵਾਲੀ ਖੇਡ ਨਹੀਂ ਹੈਗੀ ਵੀਰੋ ਅਜ ਕੈਨੇਡਾ ਚ ਜਾਣਾ ਤੁਸੀਂ ਚੰਗੇ ਭੋਖ ਖਲੀ ਜਾਣਾ ਕਿਸੇ ਚੰਗੇ ਕੰਸਲਟੈਂਟ ਕੋਲ ਜਾਓ ਜਿਹਦਾ ਵਪਾਰ ਹੈ ਜਿਹੜਾ ਕੰਮ ਕਰਦਾ ਵੀਜ਼ਾ ਲਵਾਉਣ ਦਾ ਮੈਂ ਜ਼ਿੰਮੇਵਾਰੀ ਲਾਉਂਗਾ ਵੀਜ਼ੇ ਦੀ ਮੇਰੇ ਕੋਲ ਆਓ ਮੈਨੂੰ ਪੁੱਛੋ ਕਿ ਕੀ ਕਮੀ ਹੈ ਤੁਹਾਡੇ ਅੰਦਰ ਉਹਨੇ ਕਮੀ ਕਿੱਦਾਂ ਪੂਰੀ ਹੋਏਗੀ ਤੁਹਾਨੂੰ ਤੁਹਾਡੇ ਕੇਸ ਬਾਰੇ ਪਤਾ ਹੋਣਾ ਚਾਹੀਦਾ ਤੁਹਾਡੇ ਕੇਸ 'ਚ ਕੀ ਵੀਕ ਹੈ ਜਿਹੜੇ ਲੋਕ ਮੈਨੂੰ ਮਿਲ ਕੇ ਗਏ ਨੇ ਮੈਨੂੰ ਮਿਲਦੇ ਨੇ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਮੇਰੇ ਕੋਲ ਕਲਾਇੰਟ ਆਉਂਦਾ ਮੈਂ ਸਭ ਤੋਂ ਪਹਿਲਾਂ ਨੂੰ ਪੁੱਛਦਾ ਹਾਂ ਜੀ ਦੱਸੋ ਕੀ ਕਨਸਰਨ ਹੈ ਤੁਹਾਡੇ ਮਨ 'ਚ ਡਰ ਕੀ ਹੈ ਆਓ ਪਹਿਲਾਂ ਉਹ ਡਰ ਕੱਢੀਏ ਆਪਾਂ ਕੀ ਜਾਣਨਾ ਚਾਹੁੰਦੇ ਹੋ ਤੁਸੀਂ ਅਗਲਾ ਕਹਿੰਦਾ ਜੀ ਮੈਂ ਮੈਥ 'ਚ ਨੰਬਰ ਘਟਨੇ ਮੇਰੇ ਮੇਰੇ ਆਈਲਸ 'ਚ ਮੈਂ ਬੈਂਡ ਕਮ ਹੈ ਮੈਂ ਕਿੱਦਾਂ ਜਾਊਂਗਾ ਹਰ ਬੱਚਾ ਇੱਕ ਲੌਗ ਇਨਫਾਰਮੇਸ਼ਨ ਲੈ ਕੇ ਆਂਦਾ ਹਰ ਬੱਚੇ ਦੇ ਦਿਮਾਗ 'ਚ ਇੱਕ ਡਰ ਹੁੰਦਾ ਕਿ ਤੁਹਾਡੇ ਦਿਮਾਗ 'ਚ ਵੀ ਇਦਾਂ ਦਾ ਕੋਈ ਡਰ ਹੈਗਾ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਕੈਨੇਡੀਅਨ ਸਟੱਡੀ ਵੀਜ਼ਾ ਲਈ ਐਲੀਜੀਬਲ ਨਹੀਂ ਹੈਗੇ ਕੌਣ ਤੁਹਾਨੂੰ ਦੱਸੇਗਾ ਕਿ ਤੁਸੀਂ ਐਲੀਜੀਬਲ ਹੈਗੇ ਹੋ ਕਿ ਨਹੀਂ ਹੈਗੇ ਤੁਹਾਡਾ 2 4 5 ਵਾਰੀ ਰਿਫਿਊਜ਼ ਹੋ ਗਿਆ ਤੁਹਾਡੇ ਪੈਸੇ ਖਰਾਬ ਹੋ ਗਏ ਤੁਸੀਂ ਕਹਿੰਦੇ ਨਹੀਂ ਚੱਲਾ ਹੁਣ ਇੰਗਲੈਂਡ ਦੀ ਫਾਈਲ ਲਾਣੇ ਅਜੇ ਇੱਕ ਬੱਚਾ ਆਇਆ ਸਾਡੇ ਕੋਲ ਤਿੰਨ ਵਾਰੀ ਰਿਫਿਊਜ਼ ਸੀ ਅਸੀਂ ਉਹਨੂੰ ਕਿਹਾ ਬੇਟਾ ਤੇਰੇ ਬੈਂਡ ਘਟ ਹੈ ਤੂੰ ਦੁਬਾਰਾ ਅਪਲਾਈ ਕਰ ਲੈ ਸੀ ਸਾਡੇ ਅੰਕਲ ਨਹੀਂ ਮੈਨੂੰ ਯੂਕੇ ਭੇਜਦੇ ਹੋ ਤੁਸੀਂ ਅਸੀਂ ਹਾਰ ਨਹੀਂ ਮੰਨਣੀ ਸਮੱਸਿਆ ਆ ਗਈ ਹੈ ਸਾਰਿਆਂ ਨੂੰ ਪਤਾ ਸਮੱਸਿਆ ਵਾ ਇਹਦਾ ਹੱਲ ਕੱਢਣਾ ਹੱਲ ਕਿੱਦਾਂ ਨਿਕਲੇਗਾ ਜਦੋਂ ਕੋਈ ਜ਼ਿੰਮੇਵਾਰੀ ਲਏਗਾ ਮੈਂ ਜ਼ਿੰਮੇਵਾਰੀ ਲੈਣ ਨੂੰ ਤਿਆਰ ਜੇ ਤੁਹਾਡੇ ਵੀਜ਼ੇ ਦੀ ਮੇਰੇ ਕੋਲ ਆਓ ਮੈਨੂੰ ਪੁੱਛੋ ਆ ਕੇ ਤੁਹਾਡੇ ਅੰਦਰ ਕੀ ਕਮੀ ਸੀ ਅਸੀਂ ਲੈਨੇ ਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੁਣ ਸਾਰੇ ਹੀ ਲੈਂਦੇ ਨੇ ਸਾਰੇ ਲੋਕ ਹੀ ਹੁਣ ਹਰ ਕੋਈ ਕਹਿੰਦਾ ਅਸੀਂ ਵੀ ਲੈਨੇ ਆ ਪੈਸੇ ਬਾਅਦ ਚ ਕਿਉਂ ਕਿਉਂਕਿ ਲੋਕ ਥੱਕ ਚੁੱਕੇ ਆ ਜੇ ਪੈਸੇ ਦੇ ਦੇ ਕੇ ਅੱਜ ਸਟੂਡੈਂਟ ਜਾਣਨਾ ਚਾਹੁੰਦਾ ਮੈਨੂੰ 100% ਵੀਜ਼ਾ ਕੌਣ ਦਵਾਏਗਾ ਕੌਣ ਗੱਲ ਕਰਦਾ ਅੱਜ 100% ਦੀ 99% ਦੀ ਗੱਲ ਕਰਕੇ ਤਾਂ ਕੋਈ ਵੀ ਛੁੱਟ ਜਾਊਗਾ ਨਾ ਮੈਂ ਕਹਿੰਦਾ 99% ਵੀਜ਼ਾ ਆਮ ਲਗਾਏਗੇ ਕਿਉਂ ਲਗਾਏਗੇ ਵੀ 99% ਘਰ ਚੱਲਣਾ 100% ਨਾ ਕੌਣ ਲਊਗਾ ਜ਼ਿੰਮੇਵਾਰੀ ਮੈਂ ਲਊਗਾ ਜ਼ਿੰਮੇਵਾਰੀ ਤੁਹਾਡੇ ਬੈਂਡ ਘਟ ਨੇ ਤੁਹਾਡੇ ਨੰਬਰ ਘਟ ਨੇ ਤੁਹਾਡੇ ਗੈਪ ਹੈ ਜੋ ਵੀ ਪ੍ਰੋਬਲਮ ਹੈ ਉਹਦਾ ਕੋਈ ਹੱਲ ਲਗਾ ਬੈਂਡ ਘਟ ਹੈ ਬੈਂਡ ਲਿੱਤੇ ਜਾ ਸਕਦੇ ਆ ਵੀਜ਼ਾ ਰਿਫਿਊਜ਼ਲ ਦੇ ਰੀਜ਼ਨ ਤੱਕ ਪਹੁੰਚੀਏ ਪਹਿਲਾਂ ਆਪਾਂ ਜਦੋਂ ਤੱਕ ਤੁਹਾਨੂੰ ਤੁਹਾਡੀ ਫਾਈਲ ਦਾ ਇਹ ਨਹੀਂ ਪਤਾ ਤੁਹਾਡੀ ਫਾਈਲ ਕਿਉਂ ਕਮਜ਼ੋਰ ਹੈ ਔਰ ਇੱਕ ਇਦਾਂ ਸਟਰੋਂਗ ਹੋਏਗੀ ਤੁਸੀਂ ਇਸ ਵੀਜ਼ੇ ਦੇ ਹੱਕਦਾਰ ਨਹੀਂ ਹੈਗੇ ਅਜੇ ਸਮੱਸਿਆ ਬਣੀ ਹੈ ਇਸ ਸਮੱਸਿਆ ਦਾ ਹੱਲ ਹੀ ਹੈਗਾ ਕਿ ਆਪਣੀ ਅਸੈਸਮੈਂਟ ਕਰਾਓ ਸਾਡੀ ਟੀਮ ਨਾਲ ਮਿਲੋ ਮੇਰੇ ਨਾਲ ਫੋਨ ਤੇ ਗੱਲ ਕਰੋ WhatsApp ਤੇ ਕਰੋ ਈਮੇਲ ਤੇ ਕਰੋ ਸਾਡੇ ਦਫ਼ਤਰ ਆਓ ਸਾਨੂੰ ਦੱਸੋ ਕੀ ਤੁਹਾਡੇ ਮਨ ਦਾ ਡਰ ਹੈ ਉਹ ਡਰ ਕੱਢਾਂਗੇ ਪਹਿਲਾਂ ਫਿਰ ਤੁਹਾਨੂੰ ਵੀਜ਼ੇ ਤੱਕ ਪਹੁੰਚਾਵਾਂਗੇ ਧੰਨਵਾਦ